ਜਿਹੜਾ ਪਿੰਡ ਸਾਪੇ ਵਾਲੀ ਆ ਕਿ ਸਾਡਾ 2-2.5 ਕਿਲੋਮੀਟਰ ਇੱਥੋਂ ਪਿੰਡ ਪੈਂਦਾ ਗਾ, ਸਾਡੇ ਇਸ ਥਰਮਲ ਦਾ ਬਹੁਤ ਜ਼ਿਆਦਾ ਨੁਕਸਾਨ ਆ ਤੇ ਸਵੇਰ ਨੂੰ ਜਦੋਂ ਉੱਠਦੇ ਆ ਤਾਂ ਰਾਤ ਨਾਲ ਕੱਪੜੇ ਫਸਲਾਂ ਹਰਾ ਚਾਰਾ ਐ ਭਰਿਆ ਪਿਆ ਹੁੰਦਾ ਗਾ ਤੇ ਸਾਡੀ ਪੂਰੀ ਔਲ ਪੀਲਾ ਕਿ ਸਾਡੇ ਪਿੰਡ ਨੂੰ ਵੀ ਇਸ ਤੋਂ ਮੁਕਤ ਕਰਾਇਆ ਜਾਵੇ ਥਰਮਲ ਤੋਂ। ਪੰਜਾਬ ਸਰਕਾਰ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਵੀ ਇੱਥੇ ਸਾਡੇ ਆ ਕੇ ਫੈਕਟਰੀਆਂ ਲੱਗਣ, ਸਾਡੇ ਬੱਚਿਆਂ ਨੂੰ ਖੇਤੀਬਾੜੀ ਜੋ ਕਿ ਹੁਣ ਜਿਹਦੇ 'ਚ ਢਿੱਡ ਨਹੀਂ ਭਰਦਾ ਕਿਸਾਨ ਦਾ, ਉਹਨਾਂ ਦੇ ਬੱਚੇ ਅੱਜ ਖੇਤੀਬਾੜੀ ਤੋਂ ਪਾਸੇ ਹੋਈ ਜਾਂਦੇ ਆ, ਬਾਹਰ ਜਾਈ ਜਾਂਦੇ ਆ, ਉਹਨਾਂ ਨੂੰ ਕਿਤੇ ਰੁਜ਼ਗਾਰ ਮਿਲੇ, ਪੰਜਾਬ ਦੇ ਵਿੱਚ ਬਿਜਲੀ ਮਿਲੇ। ਪਰ ਜਿਹੜੇ ਮੰਤਵ ਨਾਲ ਇੱਥੇ ਆਏ ਸੀ ਨਾ ਤਾਂ ਰੁਜ਼ਗਾਰ ਮਿਲਿਆ ਅਤੇ ਆ ਬਿਜਲੀ ਦੇਣੀ ਦਾ ਕੀ ਸੀ, ਸਾਡੇ ਬਿਜਲੀ ਦੇ ਝਟਕੇ ਲਾਉਣ ਵਾਲਾ ਕੰਮ ਇਹਨਾਂ ਨੇ ਜ਼ਰੂਰ ਕਰਤਾ, ਕਿਉਂਕਿ ਇਹ ਲੋਕ ਜਿਹੜਾ ਇਹਨਾਂ ਨੇ ਵਨ ਸਾਈਡਿਡ ਐਗਰੀਮੈਂਟ ਪਾਵਰ ਪਰਚੇਜ ਐਗਰੀਮੈਂਟ ਕੀਤੇ ਆ, ਨਿਰੀ ਪੰਜਾਬ ਦੇ ਨਾਲ ਲੁੱਟ ਹੋਈ ਹੈ, ਪੰਜਾਬ ਨੂੰ ਇਹਨਾਂ ਪਲਾਂਟਸ ਦੀ ਲੋੜ ਜਮ੍ਹਾਂ ਹੈ ਨਹੀਂ ਸੀਗੀ। ਮੇਰੇ ਖਿਆਲ 'ਚ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਸੀ ਇਹਨਾਂ ਹਾਲਾਤਾਂ ਦੇ ਅੰਦਰ ਜੋ ਲੱਗੇ ਹੈ, ਜਿੱਥੇ ਮਹਿੰਗੀ ਬਿਜਲੀ ਦੇ ਕਰੰਟ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੈ, ਉੱਥੇ ਸਵਾਹ ਸਿੱਟ ਕੇ ਗੈਸ ਦੇ ਨਾਲ ਲੋਕਾਂ ਨੂੰ ਕੈਂਸਰ, ਦਮੇ ਦੀ ਬਿਮਾਰੀ, ਸਕਿਨ ਦੀ ਇਨਫੈਕਸ਼ਨ ਅਤੇ ਹਰੇਕ ਕਿਸਮ ਦੀ ਇੱਥੇ ਜਿਹੜੀ ਪ੍ਰੋਬਲਮਸ ਆ ਰਹੀਆਂ ਇਸ ਇਲਾਕੇ ਦੇ ਵਿੱਚ, ਅਤੇ ਪਸ਼ੂਆਂ ਨੂੰ ਜਿਹੜਾ ਰਾਖ ਡਿੱਗ ਰਹੀ ਹੈ ਨੀਰੀ, ਉਹਨਾਂ ਦੇ ਨਾਲ ਪੱਠੇ ਆ ਜੋ ਵੀ ਇੱਥੇ ਨੀਰਾ ਬੀਜਦੇ ਹੈ ਉਹਦੇ ਉੱਤੇ ਸਾਰੇ ਦਾ ਸਾਰਾ ਫੂਡ ਚੇਨ ਹੈ ਉਹਦੇ ਨਾਲ ਪ੍ਰਭਾਵਿਤ ਹੈ। ਉਹ ਵੀ ਦੁੱਧ ਜਿਹੜੇ ਆ ਬਾਅਦ 'ਚ ਵੇਚਦੇ ਹੈ ਲੋਕ ਘਰਾਂ 'ਚ ਪੀਂਦੇ ਹੈ, ਉਹ ਜਿਹੜਾ ਸਲਫਰ ਅਤੇ ਸਲਫਰ ਡਾਈਆਕਸਾਈਡ ਦੇ ਨਾਲ ਜਿਹੜੇ ਇਹਨਾਂ ਦੇ ਕੈਮੀਕਲਸ ਹੈ ਉਹਦੇ ਨਾਲ ਸਾਡੇ ਪੂਰੇ ਪੰਜਾਬ ਦੀ ਜਿੱਥੇ ਸਿਹਤ ਨੂੰ ਲੋਕਾਂ ਦੀ ਸਿਹਤ ਉੱਥੇ ਸਾਡੇ ਪੰਜਾਬ ਦੀ ਮਾਲੀ ਹਾਲਤ ਦੇ ਉੱਤੇ ਇੱਕ ਕੋੜ ਦੇ ਨੁਮਾ ਸੁਗਾਤ ਸੁਖਬੀਰ ਬਾਦਲ ਛੱਡ ਕੇ ਗਏ।